ਪੰਜਾਬ ਵਾਸੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵੇਲੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਪੂਰੇ ਆਗੋਸ਼ ਵਿੱਚ ਲਿਆ ਹੋਇਆ ਹੈ ਅਤੇ ਹਾਲਾਤ ਦਿਨੋ ਦਿਨ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਜਿੱਥੋਂ ਤੱਕ ਕਾਨੂੰਨ ਦੀ ਵਿਵਸਥਾ ਦੀ ਗੱਲ ਹੈ ਤਾਂ ਕਾਨੂੰਨ ਪਹਿਲਾਂ ਵੀ ਉਪਲਬਧ ਹਨ ਅਤੇ ਉਹਨਾਂ ਵਿੱਚ ਤਰਮੀਮ ਕਰਕੇ ਹੋਰ ਵੀ ਸਖਤ ਬਣਾਇਆ ਜਾ ਰਿਹਾ ਹੈ। ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਅਸੀਂ ਨਸ਼ਿਆਂ ਵਿਰੁੱਧ ਲੜਾਈ ਨੂੰ ਦੂਸ਼ਣਬਾਜ਼ੀ ਅਤੇ ਰਾਜਨੀਤਿਕ ਆਰੋਪ ਅਤੇ ਪ੍ਰਤਿਆਰੋਪ ਦੀ ਲੜਾਈ ਬਣਾ ਕੇ ਰੱਖ ਦਿੱਤਾ ਹੈ ਅਤੇ ਜ਼ਮੀਨੀ ਹਕੀਕਤ ਨੂੰ ਨਾ ਤਾਂ ਹਾਕਮ ਧਿਰ ਸਮਝਣਾ ਚਾਹੁੰਦੀ ਹੈ ਅਤੇ ਨਾ ਹੀ ਵਿਰੋਧੀ ਧਿਰ। ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨ ਵਰਗ ਨੂੰ ਅਜਿਹੇ ਦੁਰਾਹੇ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਜਿੱਥੋਂ ਹਰ ਰਸਤਾ ਦਲਦਲ ਵਿੱਚੋਂ ਲੰਘ ਕੇ ਨੌਜਵਾਨਾਂ ਨੂੰ ਮੌਤ ਦੇ ਅਜਿਹੇ ਹਨੇਰੇ ਵੱਲ ਨੂੰ ਲੈ ਕੇ ਜਾ ਰਿਹਾ ਹੈ ਜਿੱਥੇ ਨੌਜਵਾਨ ਜੁਜੁੱਤੀ 'ਚ ਨੇ ਕਿ ਉਹ ਮੌਤ ਦਾ ਕਿਹੜਾ ਆਸਾਨ ਰਸਤਾ ਅਪਣਾਉਣ। ਪੰਜਾਬ ਦਾ ਸੰਕਟ ਹੁਣ ਕੋਈ ਕਿਰਸਾਨੀ ਜਾਂ ਪਾਣੀਆਂ ਦਾ ਸੰਕਟ ਨਹੀਂ ਰਹਿ ਗਿਆ, ਬਲਕਿ ਇੱਕ ਅਜਿਹੇ ਮੋੜ 'ਤੇ ਆ ਕੇ ਖੜੋ ਗਿਆ ਹੈ ਜਿੱਥੇ ਨੌਜਵਾਨਾਂ ਲਈ ਹਤਾਸ਼ਾ ਅਤੇ ਬੇਰੁਖੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ। ਪੰਜਾਬ ਦੀ ਅੱਧੀ ਜਵਾਨੀ ਨੂੰ ਪਹਿਲਾਂ ਹੀ ਅੱਤਵਾਦ ਦਾ ਦੌਰ ਖਾ ਚੁੱਕਾ ਹੈ ਅਤੇ ਉਸ ਦੌਰ ਤੋਂ ਉਪਜੀ ਪੌਦ ਨੂੰ ਕਿਸੇ ਨੇ ਗੱਲ ਨਾਲ ਨਹੀਂ ਲਾਇਆ, ਬਲਕਿ ਆਪਣੇ ਸਵਾਰਥ ਲਈ ਵਰਤਿਆ, ਜਿਸ ਦਾ ਸਿੱਟਾ ਇਹ ਹੈ ਕਿ ਉਹ ਪਨੀਰੀ ਅੱਜ ਜਵਾਨ ਹੋ ਕੇ ਬਦਹਵਾਸ ਹੋ ਕੇ ਲੁਕਦੀ ਫਿਰਦੀ ਹੈ ਅਤੇ ਮੌਤ ਦੇ ਆਸਾਨ ਅਤੇ ਸਸਤੇ ਰਸਤੇ ਲੱਭ ਰਹੀ ਹੈ। ਹਰੀ ਕ੍ਰਾਂਤੀ ਦਾ ਸਿਰਜਕ ਪੰਜਾਬ ਜਦ ਖੁਸ਼ਹਾਲੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਤਾਂ ਸ਼ਾਇਦ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਖੁਸ਼ਹਾਲ ਕਿਸਾਨ ਦਾ ਪੁੱਤਰ ਜਦ ਜ਼ਮੀਨੀ ਵੰਡ ਤੋਂ ਬਾਅਦ ਕਿਸਾਨੀ ਤੋਂ ਟੁੱਟੇਗਾ ਤਾਂ ਉਸ ਦੀ ਸਿਰਜਣ ਸ਼ਕਤੀ ਦੀ ਵਰਤੋਂ ਕਿਹੜੇ ਖੇਤਰ ਵਿੱਚ ਹੋਵੇਗੀ। 1984 ਤੋਂ ਬਾਅਦ 2018 ਵਿੱਚ ਵੀ ਅਸੀਂ ਉਸੇ ਦੁਰਾਹੇ 'ਤੇ ਆ ਕੇ ਖੜ੍ਹੇ ਹਾਂ। ਫਰਕ ਸਿਰਫ ਇੰਨਾ ਹੈ ਕਿ ਸੰਗੀਨਾਂ ਦਾ ਰੂਪ ਹੁਣ ਨਸ਼ੇ ਦੀ ਸਿਰਿੰਜ ਨੇ ਲੈ ਲਿਆ ਹੈ ਅਤੇ ਜਵਾਨੀ ਹੁਣ ਕਿਸੇ ਦਾ ਕਤਲ ਕਰਨ ਦੀ ਬਜਾਏ ਆਪਣਾ ਕਤਲ ਆਪ ਕਰ ਰਹੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਸਾਡੀਆਂ ਸਿੱਖਿਆ ਸੰਸਥਾਵਾਂ ਦਾ ਮਿਆਰ, ਜੋ ਕਿ ਨਿਰੋਲ ਕੰਮ ਚਲਾਓ ਆਧਾਰ 'ਤੇ ਚੱਲ ਰਿਹਾ ਹੈ, ਨੌਜਵਾਨਾਂ ਦੇ ਅੰਦਰ ਕਿਸੇ ਕਿਸਮ ਦੀ ਉਸਾਰੂ ਲਹਿਰ ਪੈਦਾ ਕਰ ਹੀ ਨਹੀਂ ਰਹੀ, ਜਿਸ ਨਾਲ ਉਹ ਕਿਰਿਆਸ਼ੀਲ ਅਤੇ ਰਚਨਾਤਮਕ ਹੋ ਕੇ ਨਾ ਸਿਰਫ ਆਪਣੇ ਬਲਕਿ ਦੂਸਰਿਆਂ ਲਈ ਵੀ ਰੁਜ਼ਗਾਰ ਪੈਦਾ ਕਰ ਸਕਣ। ਅੰਕੜੇ ਬੋਲ ਰਹੇ ਨੇ ਕਿ ਲੱਖਾਂ ਨੌਜਵਾਨ ਜਿਨ੍ਹਾਂ ਨੇ ਇਸ ਧਰਤੀ ਤੋਂ ਗੁੜ੍ਹਤੀ ਲਈ ਆਈਲੈਟਸ ਅਤੇ ਟੋਇਫਲ ਦੀਆਂ ਪ੍ਰੀਖਿਆਵਾਂ ਦੇ ਸਹਾਰੇ ਏਜੰਟਾਂ ਰਾਹੀਂ ਵਿਦੇਸ਼ਾਂ ਨੂੰ ਜਾ ਰਹੇ ਹਨ, ਭਾਵੇਂ ਉਹ ਮਾਂ ਪਿਓ ਦੀ ਖੇਤੀ ਯੋਗ ਜ਼ਮੀਨ ਵੇਚ ਕੇ ਜਾ ਰਹੇ ਹੋਣ ਜਾਂ ਫਿਰ ਮਾਪਿਆਂ ਦੀ ਸਾਰੀ ਉਮਰ ਦੀ ਜੋੜੀ ਸੰਪੱਤੀ ਨੂੰ ਕੌਡੀਆਂ ਦੇ ਭਾਅ ਵੇਚ ਕੇ। ਇਹਨਾਂ ਵਿੱਚੋਂ ਕੁਝ ਤਾਂ ਵਿਦੇਸ਼ੀ ਵੱਸ ਜਾਣਗੇ ਅਤੇ ਬਹੁਤੇ ਮੁੜ ਆਉਣਗੇ ਸਾਰਾ ਕੁਝ ਗੁਆ ਕੇ ਮੁੜ ਸਿਰਿੰਜ ਦਾ ਸਹਾਰਾ ਲੈਣ ਲਈ, ਜਿਹੜੀ ਕਿ ਅੱਜ ਕੱਲ੍ਹ ਦੁਕਾਨਾਂ ਦੇ ਵਿੱਚ ਘਰ ਘਰ ਉਪਲਬਧ ਹਨ। ਇਹ ਠੀਕ ਹੈ ਕਿ ਨਸ਼ੇ ਦੇ ਸੌਦਾਗਰਾਂ ਨੂੰ ਸਖਤੀ ਨਾਲ ਕੁਚਲਣ ਦੀ ਲੋੜ ਹੈ ਅਤੇ ਉਹਨਾਂ ਲਈ ਘੱਟੋ ਘੱਟ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਵੀ ਹੋਣਾ ਚਾਹੀਦਾ, ਪਰ ਨਾਲ ਨਾਲ ਸਾਨੂੰ ਨੌਜਵਾਨਾਂ ਦਾ ਭਰੋਸਾ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਉਹਨਾਂ ਦੀ ਇੱਛਾ ਸ਼ਕਤੀ ਦੀ ਮਜ਼ਬੂਤੀ ਨੂੰ ਹੁਨਰ ਅਤੇ ਵਿਕਾਸ ਨਾਲ ਜੋੜ ਕੇ, ਗੁਣਵੱਤਾ ਭਰਪੂਰ ਸਿੱਖਿਆ ਨਾਲ ਜੋੜ ਕੇ ਇੱਕ ਅਜਿਹੇ ਪੰਜਾਬ ਦਾ ਨਿਰਮਾਣ ਕੀਤਾ ਜਾ ਸਕੇ ਜੋ ਸਿਰਜਣਾ ਵੱਲ ਵਧੇ। ਹਜ਼ਾਰਾਂ ਨੌਜਵਾਨਾਂ ਦਾ ਦੇਸ਼ ਤੋਂ ਬਾਹਰ ਸਿੱਖਿਆ ਲਈ ਜਾਣਾ ਕੋਈ ਹਰਸ਼ ਦਾ ਵਿਸ਼ਾ ਨਹੀਂ, ਬਲਕਿ ਚਿੰਤਾ ਦਾ ਵਿਸ਼ਾ ਹੈ। ਸਾਡੀਆਂ ਸਿੱਖਿਆ ਸੰਸਥਾਵਾਂ ਦੀ ਗੁਣਵੱਤਾ 'ਤੇ ਇਸ ਵਾਲੀਆ ਨਿਸ਼ਾਨ ਵੀ ਹੈ। ਨਸ਼ਾ ਛੁਡਾਊ ਕੇਂਦਰਾਂ ਨੂੰ ਮੁੜ ਵਿਸਥਾਪਨ ਕੇਂਦਰਾਂ ਵਿੱਚ ਬਦਲਣਾ ਹੋਵੇਗਾ, ਜਿੱਥੇ ਨੌਜਵਾਨਾਂ ਨੂੰ ਨਸ਼ਾ ਮੁਕਤੀ ਉਪਰੰਤ ਢੁੱਕਵੀਂ ਟ੍ਰੇਨਿੰਗ, ਮਾਲੀ ਇਮਦਾਦ ਤੋਂ ਬਾਅਦ ਰੁਜ਼ਗਾਰ ਦੇ ਸਾਧਨਾਂ ਨਾਲ ਜੋੜਿਆ ਜਾ ਸਕੇ। ਫੋਕੇ ਬਿਆਨਾਂ, ਫੇਸਬੁੱਕ ਅੰਦੋਲਨ ਨਾਲ ਮੁੱਦਿਆਂ ਨੂੰ ਉਭਾਰਿਆ ਤਾਂ ਜਾ ਸਕਦਾ ਹੈ, ਲੇਕਿਨ ਕਾਰਗਰ ਜ਼ਮੀਨੀ ਹੱਲ ਸਿਰਫ ਜ਼ਮੀਨੀ ਹਕੀਕਤ ਨੂੰ ਸਮਝਣ ਦੇ ਨਾਲ ਹੀ ਮਿਲੇਗਾ। ਬਹੁਤ ਬਹੁਤ ਧੰਨਵਾਦ।